ਪੈਂਚਰ ਆ ਖੁੱਲੇ ਨਾ ਖੁੱਲੇ मेहनत हाजी सत श्रीकाल की हाल चाल ठीक ठाक सारे अज सिडनी का मौसम यार काफ़ी खराब होया वा होर अद्धे पौने घंटे में मीह आना वा तो अज आप बाहर कहीं घूमने चले अज आप लावे जी अपनी गड्डी पेंचर वेलकम बैठ जाएंगे यार गड्डी जाना दोवें टायरों से तीन पेंचर जी आप पेंचर लो जाने के शॉप से तुम ला लो कि उत्थे पचास डॉलर एक पेंचर लगते जो आप पैरामाटा वाले साइड चलेंगे ब्लैकटॉन साइड चलेंगे उत्थे 30-40 हो जाते बट यार इतों 30-40 किलोमीटर दूर भी है ना पैरामाटा सो उस करके आप अज अपनी गड्डी पेंचर खुद लावे तो पहला आप जाना बनिंग्स उत्थे जाके आप चक्के लिया पेंचर किट ना तुम दिखावे ये आप वीडियो स्पैशली इंटरनेशनल स्टूडेंट्स भी बना रहे कि जिम्मे कोई स्टूडेंट अपना कॉलेज जा रहा या काम से जा रहा दस गड्डी पेंचर हो जाए तो वो अपना पेंचर खुद किवें ला सकता सो अज आप चीज़ा सारिया तुम्हें दिखावे इस व्लॉग च सो व्लॉग ला सकते जरूर देखियो पेट्रोल पंप से जाके आप पेंचर लावे क्योंकि उत्थे हवा हो ना ही भर लेंगे ना पर नट नहीं खुल रहे इधर खुलने इधर टाइट आ चलो खुद एक्सपीरियंस करते हैं आज पेंचर लगो आगे भी कभी लोड पै सकती हां बस लोड यहां यहां ना गवाजन आ मैं किथे रखा इथे पे रहा इथे पे रहा तानो पेंचर भी सुनने में देख आ पेंचर आ एक के इधर है ते एक आ वा काफी बड़ा है आ पेज हां चेक कर चेकन लगो एक मिनट फाड़ लो आलो आलो वाले बेची में आता हूं पहले एक लोने पेंचर रुको रुको एक लोने क्या बात है इच की आ इच कुछ नहीं इच हैगा भी कुछ के उदी इन हम धागे वागू स्विच पाना क्या सेंटर तक ले जाना है पेंचर लगन लगे जी ये की है जोर नहीं लाओ होना जोर लाओ थोड़ा हाँ जोर लाओ जोर लाओ लाओ जोर पीछे थले नहीं लगूगा नहीं लगता इधर फुल जोर लग रहा है लाओ जोर नहीं नहीं मैं ज्यादा ता नहीं ला रहा मैं क्या थल्लों दी पाड़ के ना निकले थल्ले तो लोहा वा नहीं लगता लाओ जोर छोड़ो आपन सुकी ना जावे उस तक लेनी आपन टेंशन आप बहुत बढ़िया वेरी गुड मेरे ए ए डट डट बस बस $150 बचा लेना वा आ देखने ची सौखा लगता वा बड़ा मुश्किल काम होना ऐदा हाफ तक लैके आना वा ऐदा वेरी नाइस खिंच दो
ਬਹੁਤ ਵਧੀਆ ਬਹੁਤ ਵਧੀਆ ਖਿੱਚੋ ਖਿੱਚੋ ਵੈਰੀ ਗੁੱਡ ਵੈਰੀ ਗੁੱਡ ਜੋਰ ਤੁਹਾਡੀ ਓ ਗਾਈਸ ਆ ਹੱਥ ਦੀ ਬਸ ਹੋ ਜਾਂਦੀ ਯਾਰ ਜੱਸੀ ਆ ਦੇਖਿਓ ਇੱਕਦਮ ਨਾਲ ਲੋ ਆ ਲੋ ਜੀ ਦੋ ਪੈਂਚਰ ਲਾਤੇ ਨਾਈਫ ਸਹੀ ਤੇ ਖਾਇਆ ਮੈਂ ਕਿਹਾ ਰਬੜੀ ਗਾਈਸ ਦੋਵੇਂ ਪੈਂਚਰ ਲੱਗ ਗਏ ਪਰ ਹੁਣ ਆਪਾਂ ਇਹਨੂੰ ਚੈੱਕ ਕਰਨਾ ਵਾ ਲੀਕ ਤਾਂ ਨਹੀਂ ਕਰਦਾ ਡਨ ਸਕਸੈਸਫੁਲ ਰਹੇ ਸਾਡੇ ਦੋਵੇਂ ਪੈਂਚਰ ਮਿਹਨਤ ਦਾ ਕੰਮ ਹੈ ਵੀ ਤਾਂ ਹੀ ਉਹ $50 ਲੈਂਦੇ ਪੈਂਚਰ ਦੇ ਸਹੀ ਲੈਂਦੇ ਉਹ ਇਹ ਤੁਹਾਨੂੰ ਇੱਥੋਂ ਦੀ ਆ ਗਰਾਊਂਡ ਰਿਐਲਿਟੀ ਚੈੱਕ ਕਰਾ ਰਹੇ ਗਰਾਊਂਡ ਰਿਐਲਿਟੀ ਕਿ ਤੁਹਾਡੀ ਮਰਜ਼ੀ ਹੈ ਤੁਸੀਂ ਆਹ ਪੈਂਚਰ ਲਾਉਣਾ ਤਾਂ ਲਾ ਸਕਦੇ ਹੋ ਨਹੀਂ ਤਾਂ ਬਾਹਰੋਂ ਲਵਾ ਲਓ बस 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 यार बड़ा जोर लगता जी सौखा नहीं पेंचर लाना ਪੈਂਚਰ ਤੇ ਲਾ ਲਿਆ ਹੋਇਆ ਜੀ ਤੇ ਹੁਣ ਪੀਣਾ ਆ ਆਪਾਂ ਕੌਫੀ ਫਲੈਟ ਵਾਈਟ ਜਿਹੜੀ ਆ ਪੈਂਚਰ ਕਿੱਟ ਗਾਇਜ਼ ਇਹ ਤੁਹਾਨੂੰ ਮਿਲ ਜੂਗੀ ਜੀ ਬਨਿੰਗਸ ਤੋਂ ਬਨਿੰਗਸ ਵੇਅਰ ਹਾਊਸ ਤੋਂ ਇਹ $25 ਦੀ ਆ ਸਵਾਹ ਤੁਸੀਂ ਬਾਏ ਕਰ ਲਿਓ ਜੇ ਤੁਸੀਂ ਖੁਦ ਹੀ ਪੈਂਚਰ ਲਾਉਣਾ ਚਾਹੁੰਦੇ ਆ ਤੇ ਕਾਰ ਵਾਸ਼ ਕਰਨ ਵਾਲਾ ਸਮਾਨ ਆਪਾਂ ਚੱਕ ਲਿਆ ਤੇ ਕਮੈਂਟ ਕਰਕੇ ਦੱਸਿਓ ਇੱਕ ਹੋਰ ਕਾਈਟ ਵਲੌਗ ਆਵੇ ਓਏ ਗਿੱਲੀਆਂ ਹੋ ਗਈਆਂ ਜੇ ਨੇਬਰ ਆ ਪਤੰਗ ਆਪਣੇ ਪਈ ਹੈ ਜਿਹੜੀ ਆਪਣੇ ਪਾਕਿਸਤਾਨੀ ਭਰਾਵਾਂ ਨੇ ਦਿੱਤੀ ਸਾਨੂੰ ਕਾਰ ਵਾਸ਼ ਕਰਨ ਤਾਂ ਆ ਗਏ ਜੀ ਥੱਲੇ ਬਟ ਵੇਟਿੰਗ ਆ ਹਲੇ ਤੇ ਇੱਧਰ ਲੱਗੀ ਹੈ ਜੀ ਆਪਣੀ ਬਲੀਨੋ ਦੇਖ ਇਹ ਪੁਰਾਣਾ ਮਾਡਲ ਆ ਬਲੀਨੋ ਦਾ ਵੇਖੇ 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 ਪਹਿਲਾਂ ਤਾਂ ਡਰ ਗਏ ਤੁਸੀਂ ਬਾਹਰ ਆਓ ਤੇ ਸਹੀ ਹੁਣ ਬੁਰਾ ਨਾ ਮਾਨੋ ਹੋਲੀ ਹੈ ਵਾਸ਼ ਕਰਨ ਤੋਂ ਪਹਿਲਾਂ ਆਪਾਂ ਵੈਕਿਊਮ ਕਰਾਂਗੇ ਜੀ बस आई गया मैं चार पैर लगा ਮੁੰਡੇ ਸਭ ਤੋਂ ਜ਼ਿਆਦਾ ਸਫਾਈ ਪਤਾ ਕਿਸ ਚੀਜ਼ ਦੀ ਕਰਦੇ ਆ ਆਪਣੀ ਗੱਡੀ ਦੀ ਪੂਰੀ ਰੀਝ ਦੇ ਨਾਲ ਆਪਾਂ ਮੈਨੂੰ ਨਾ ਪਰ ਗੱਡੀ ਫੁੱਲ ਛਕਾਉਂਦੇ ਆ ਵੈਕਿਊਮ ਕੀਤੀ ਹੈ ਜੀ ਗੱਡੀ ਆ ਦੇਖਿਓ ਗੰਦ ਕਿੰਨਾ ਗੰਦ ਨਿਕਲਿਆ ਹੁਣ ਗੱਡੀ ਵੈਕਿਊਮ ਤਾਂ ਕਰ ਲਈ ਹੈ ਜੀ ਹੁਣ ਮਾਰੀ ਆ ਬਾਹਰੋਂ ਧੋਣ ਦੀ ਆ ਕਾਰ ਵਾਸ਼ ਕਰਨਾ ਵੀ ਨਾ ਮਹੀਨੇ ਦੇ ਵਿੱਚ ਬੰਦਾ 2-3 ਵਾਰੀ ਕਰਨਾ ਈਜ਼ੀ ਲੱਗਦਾ ਵਾ ਬਟ ਯਾਰ ਜਿਹੜੇ ਕਾਰ ਵਾਸ਼ 'ਤੇ ਡੇਲੀ ਕੰਮ ਕਰਦੇ ਆ ਡੇਲੀ 10-10 12-12 ਗੱਡੀਆਂ ਵਾਸ਼ ਕਰਦੇ ਆ ਬੜਾ ਔਖਾ ਯਾਰ ਕਾਰ ਵਾਸ਼ ਵਾਲਾ ਕੰਮ ਬਹੁਤ ਜ਼ਿਆਦਾ ਔਖਾ ਵਾ ਈਵਨ ਕਾਰ ਵਾਸ਼ ਵਾਲਿਆਂ ਨੂੰ ਮੈਂ ਸੁਣਿਆ $10-10 ਦਿੰਦੇ ਮੈਂ ਕਹਿਣ ਲੱਗਾ ਕਿ ਉਹਨਾਂ ਨੂੰ ਪੈਸੇ ਵੀ ਬਹੁਤ ਘੱਟ ਮਿਲਦੇ ਆ ਪਰ ਆਰ ਦੇ ਹਿਸਾਬ ਨਾਲ ਬੜਾ ਔਖਾ ਕੰਮ ਆ ਅਸੀਂ ਤਾਂ ਹਲੇ ਵੈਕਿਊਮ ਕੀਤੀ ਹੈ ਤਾਂ ਸਾਡੀ ਬੱਸ ਹੋ ਗਈ ਆ ਇੱਕ ਗੱਡੀ ਲਈ ਹੁਣ ਆਪਾਂ ਸ਼ੈਂਪੂ ਤੋਂ ਪਹਿਲਾਂ ਉੱਤੋਂ ਹੁਣ ਰਲ ਮਿਲ ਕੇ ਗੱਡੀ 'ਤੇ ਸ਼ੈਂਪੂ ਮਾਰਿਆ ਜਾਵੇ ਹਾਂ ਉੱਥੇ ਐਂਡ 'ਤੇ ਇੱਕ ਹੋਰ ਚੀਜ਼ ਆ ਰਹੀ ਇੱਥੇ ਕੋ ਉਹ ਵੀ ਪਿਆ ਹੋਇਆ ਆਹੋ ਧੋਣਾ ਚਾਹੀਦਾ ਯਾਰ ਲਿਸ਼ਕਾਉਣਾ ਚਾਹੀਦਾ ਵਾ ਮਸ਼ਮੂਰ ਨਿਕਲਿਆ ਇਹ ਵੀ ਕਹਿੰਦੀ ਹੋਣੀ ਕਦੋਂ ਦੀ 6 ਮਹੀਨੇ ਹੋ ਗਏ ਈਜ਼ੀਲੀ
ਇਹ ਵੀ ਕਹਿੰਦੀ ਹੋਣੀ ਅੱਜ ਭਾਗਾਂ ਵਾਲਾ ਦੇ ਨਾ ਕੋਈ ਨਹੀਂ ਆਰਾਮ ਨਾਲ ਫਿਰ ਚੱਲਦੇ ਯਾਰ ਗੱਡੀ ਵਾਸ਼ ਜਦੋਂ ਆਪਾਂ ਕਰਵਾਉਣ ਜਾਂਦੇ ਨਾ ਆਪਾਂ ਉੱਥੇ ਕਈ ਵਾਰ ਕਹਿੰਦੇ ਯਾਰ ਇੰਨਾ ਟਾਈਮ ਕਿ ਲਾ ਰਹੇ ਛੇਤੀ ਵਾਸ਼ ਕਰੋ ਅੱਜ ਪਤਾ ਲੱਗ ਰਿਹਾ ਵਾ ਕਿ ਕਿੰਨੀ ਮਿਹਨਤ ਕਰਨੀ ਪੈਂਦੀ ਆ ਨਹੀਂ ਨਹੀਂ ਬੜੀ ਵਾਰ ਕੀਤੀ ਆ ਪਰ ਇਹ ਕਿ ਬੰਦਾ ਭੁੱਲ ਜਾਂਦਾ ਵਾ ਚਾਰ ਪੰਜ ਮਹੀਨੇ ਬਾਅਦ ਬੰਦੇ ਨੂੰ ਚੀਜ਼ ਹੁੰਦਾ ਯਾਰ ਈਜ਼ੀ ਤੇ ਕੰਮ ਸੀ ਪਰ ਜਦੋਂ ਐਕਚੁਅਲ 'ਚ ਬੰਦਾ ਕਰਦਾ ਵਾ ਨਾ ਫਿਰ ਉਹਨੂੰ ਪਤਾ ਲੱਗਦਾ ਜਿਹੜੇ ਡੇਲੀ ਉੱਥੇ ਚਾਰ ਵਾਸ਼ 'ਤੇ ਕੰਮ ਕਰਦੇ ਹੋਣਗੇ ਯਾਰ ਸਲਿਊਟ ਆ ਮਿਹਨਤ ਆ ਜੈਟ ਕਰੋ ਜੈਟ ਮਾਰੋ ਹਾਂ ਹਾਂ ਮਾਰੋ ਅਤੇ ਗਾਇਜ਼ ਫਾਈਨਲੀ ਆਪਾਂ ਗੱਡੀ ਵਾਸ਼ ਕਰ ਲਈ ਹੋਈ ਆ ਅਤੇ ਇੱਕ ਹੋਰ ਗੱਲ ਕਿ ਜੇ ਆਪਾਂ ਕਾਰ ਵਾਸ਼ ਬਾਰੇ ਕਰਵਾਉਂਦੇ ਹਾਂ ਅਤੇ $25 ਲੱਗਦੇ ਆ ਜੇ ਤੁਸੀਂ ਮਸ਼ੀਨ ਥਰੂ ਕਰਵਾਉਂਦੇ ਹੋ ਅਲੱਗ ਅਲੱਗ ਪ੍ਰਾਈਜ਼ ਹੁੰਦੇ $30-$40 ਜਿੰਨੇ ਵੀ ਹੋਏ ਬਟ ਇਹ ਹੈ ਕਿ ਜਦੋਂ ਟਾਈਮ ਲੱਗੇ ਤਾਂ ਆਪ ਵੀ ਬੰਦਾ ਧੋ ਧੂ ਲਵੇ ਅਤੇ ਜਾਂ ਮੈਂਬਰਸ਼ਿਪ ਲੈ ਲਓ ਫਿਰ $20 ਹੁੰਦੇ ਮਹੀਨੇ ਦੇ ਜਿੰਨੀ ਰੋਜ਼ ਧਵਾਈ ਜਾਓ ਚਾਹੇ ਅਤੇ ਚਲੋ ਇਸ ਲੋਨ ਨੂੰ ਆਪਾਂ ਇੱਥੇ ਤੁਹਾਨੂੰ ਕਰਦੇ ਹਾਂ ਪੈਂਚਰ ਵੀ ਦੇਖ ਲਿਆ ਤੁਸੀਂ ਕਿਵੇਂ ਲਾਏ ਆ ਅਤੇ ਕਾਰ ਵਾਸ਼ ਵੀ ਦੇਖ ਲਈ ਆ ਅਤੇ ਹੁਣ ਵਾਪਸ ਚੱਲੇ ਘਰ ਨਹਾਈਏ ਧੋਈਏ ਯਾਰ ਕਿਉਂਕਿ ਕੱਪੜੇ ਸਾਰੇ ਗਿੱਲੇ ਹੋ ਗਏ ਹੋਏ ਆ ਅਤੇ ਮਿਲਦੇ ਤੁਹਾਨੂੰ ਅਗਲੇ ਵਲੌਗ 'ਚ ਟਿਲ ਦੈਨ ਬਾਏ ਟੇਕ ਕੇਅਰ ਜੇ ਵਲੌਗ ਵਧੀਆ ਲੱਗੇ ਤਾਂ ਸ਼ੇਅਰ ਕਰਿਓ ਰੱਬ ਰੱਖਾ।